ਜਾਓ ਸਾਰੀਆਂ ਟੀਮਾਂ ਦਾ ਲਓ ਦੇਖਦੇ ਵੀ ਹੁਣ ਦੋ ਨੰਬਰ ਤੋਂ ਕੋਸ਼ਿਸ਼ ਬਹੁਤ ਸੋਹਣੀ ਕੀਤੀ ਹੈ ਤੇ ਪੁਆਇੰਟ ਜਿਹੜਾ ਜੀਤਾ ਮਹਿਰੋ ਵਾਲਾ ਧੱਲੇ ਕਹਿੰਦੀ ਟੀਮ ਲਈ ਜੋੜਦਾ ਹੈ ਧੱਲੇ ਬੜਾ ਨਿੱਕਾ ਸਮਾਂ ਕਬੱਡੀ ਖੇਡੇ ਆ ਬਾਬੇ ਬਜ਼ੁਰਗ ਜਾਣਦੇ ਆ ਸਾਰੀਆਂ ਗੱਲਾਂ ਲਓ ਦੇਖਦੇ ਵੀ ਗੋਲੂ ਰੱਜੀ ਵਾਲੇ ਪਿੰਡ ਦਾ ਹੁਣ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਲਓ ਆਹ ਕਹਿੰਦੇ ਵੀ ਧੱਲੇ ਕਹਿੰਦੇ ਸਿੱਧੂ ਪਰਿਵਾਰ ਦਾ ਲੋਕੀ ਨਿੰਦਰਾ ਆਖਦੇ ਨਿੰਦਰਾ ਸਿੱਧੂ ਜਾਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਗੋਲੂ ਰੱਜੀ ਵਾਲੇ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੋਇਆ ਨਾਲ ਸੁਖਮੰਦਰ ਭੋਰਾ ਸਾਡਾ ਵੀਰ ਉਹ ਵੀ ਪੁੱਜਾ ਹੋਇਆ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗਾ ਤੁਸੀਂ ਮਾਨ ਸਨਮਾਨ ਕਰਿਓ ਨਾ ਉਹ ਜੀਤੇ ਦੀ ਪਾਈ ਹੋਈ ਕਬੱਡੀ ਤੇ ਹੁਣ ਦੇਖਦੇ ਵੀ ਇੱਕ ਪਾਸੇ ਮਨੀ ਤੇ ਦੂਜੇ ਪਾਸੇ ਨੌਜਵਾਨ ਧੰਨੇ ਸ਼ਹੀਦ ਵਾਲਾ ਹੁਣ ਕਿਹੋ ਜਿਹਾ ਕਮਾਲ ਹੋਵੇਗਾ ਮਹਿਰੋ ਪਿੰਡ ਦੇ ਜੀਤੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਸਾਹਮਣੇ ਖੜੇ ਹੈ ਨਾ ਉਹ ਦੇਖਦੇ ਵੀ ਜੀਤਾ ਨੌਜਵਾਨ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਲਓ ਹਲਕਾ ਟੱਚ ਫੁੱਲ ਭਰ ਗਿਆ ਕਿ ਬੈਠਾ ਕੰਧਾ ਕੋਲੇ ਥਾਪੀ ਆ ਤੂੰ ਮਾਰਦਾ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਬਾਈ ਜੀ ਓਪਨ ਨੇ ਅਸੀਂ ਪਰਚਿਆਂ ਨੇ ਪਾਉਣੀਆਂ ਦੋ ਟੀਮਾਂ ਦੀ ਐਂਟਰੀ ਫੀਸ ਨਹੀਂ ਆਈ ਦੋ ਟੀਮਾਂ ਦੀ ਐਂਟਰੀ ਫੀਸ ਨਹੀਂ ਆਈ ਉਹਨਾਂ ਨੇ ਅਸੀਂ ਪਟਾਈਆਂ ਨੇ ਪਰਚੀ ਨਹੀਂ ਪਾਉਣੀ ਫੇਰ ਨਾ ਗਏ ਬਾਈ ਜੀ ਤੇ ਨਾ ਹੀ ਅਸੀਂ ਦੁਬਾਰਾ ਜਦੋਂ ਕੇਰਾਂ ਟਾਈਆਂ ਕੱਢਤੀਆਂ ਨਾ ਹੀ ਕੋਈ ਟੀਮ ਅਸੀਂ ਐਂਟਰ ਕਰਨੀ ਆ ਇਹ ਵੀ ਅਸੀਂ ਦੱਸ ਦਿੰਦੇ ਹਾਂ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ ਅਗਲੇ ਮੈਚ ਦੇ ਲਈ ਬੇਨਤੀ ਕਰਦੇ ਹਾਂ ਵੀ ਸਾਹੋਕਿਆਂ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਅਗਲੇ ਮੈਚ ਦੇ ਲਈ ਆਪਾਂ ਬੇਨਤੀ ਕਰਦੇ ਹਾਂ ਵੀ ਦੋਨੇ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਵੇ ਲਓ ਇੱਕ ਪਾਸੇ ਧੰਨੇ ਵਾਲਾ ਤੇ ਦੂਜੇ ਪਾਸੇ ਮਹਿਰੋ ਪਿੰਡ ਦਾ ਜੀਤਾ ਕਬੱਡੀ ਪਾਉਂਦਾ ਹੋਇਆ ਔਰ ਨੌਜਵਾਨ ਦੇ ਬਾਹਾਂ ਖਿਲਾੜੀਆਂ ਅੱਗੇ ਹੋਇਆ ਫਿਰ ਘੇਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਜੀਤਾ ਭੱਜਦਾ ਵੱਜਦੇ ਨੇ ਧੱਕੇ ਉਖੜਦੇ ਪੈਰ ਪੁਆਇੰਟ ਧੱਲੇਕਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਜ਼ੋਰ ਲੱਗਾ ਹੋਇਆ ਕਿ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਤੇ ਜਿੰਮਾਂ ਦੇ ਵਿੱਚ ਜਾ ਕੇ ਮੁੰਡੇ ਮਸਲ ਬਣਾਉਂਦੇ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਧੁੰਮਾਂ ਪਾਉਂਦੇ ਨੇ ਚਾਰ ਚੁਫੇਰੇ ਕਰਦੇ ਦੇਖੇ ਕਈ ਕਮਾਲ ਬਈ ਤੇ ਵਿੱਚ ਸਟਾਰਾ ਨਾ ਆਉਂਦਾ ਇਹ ਮਿਹਨਤ ਨਾਲ ਬਈ ਵਿੱਚ ਸਟਾਰਾ ਨਾ ਆਉਂਦਾ ਇਹ ਮਿਹਨਤ ਨਾਲ ਬਈ ਵੱਡੀ ਮਿਹਨਤ ਕਰਨੀ ਪੈਂਦੀ ਹੈ ਵੱਡੀ ਤਪੱਸਿਆ ਕਰਨੀ ਪੈਂਦੀ ਹੈ ਨਹਿਰ ਦੀਆਂ ਪੱਟੜੀਆਂ ਤੇ ਭੱਜਣਾ ਪੈਂਦਾ ਫਿਰ ਦੁਨੀਆਂ ਸਲਾਮਾ ਲਾਉਂਦੀ ਹੈ ਬਾਈ ਜੀ ਅਗਲਾ ਮੈਚ ਚੜੈਕਸ ਸਾਹੋਗੇ ਇਹ ਟੀਮ ਚੱਲਦੇ ਮੈਚ ਪਹੁੰਚੇ ਬਾਈ ਜੀ ਚੱਲਦੇ ਮੈਚ ਨਾ ਪਹੁੰਚੀ ਕਿਹਨੇ ਵੇਖਣਾ ਚਾਹੁੰਦੇ ਬਾਈ ਜੀ ਚੜੈਕ ਤੇ ਸਾਹੋਗੇ ਦੀਆਂ ਟੀਮਾਂ ਨੂੰ ਬੇਨਤੀ ਵੀ ਚੱਲਦੇ ਮੈਚ ਦੇ ਵਿੱਚ ਟੀਮਾਂ ਦੋਨੇ ਆ ਜਾਣ ਚੜੈਕ ਤੇ ਸਾਹੋਗੇ ਦੀਆਂ ਟੀਮਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਜੀਤਾ ਨੌਜਵਾਨ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਹੁਣ ਚਾਰ ਜਾਫੀ ਦੇਖਾਂਗੇ ਵੀ ਨੌਜਵਾਨ ਗੋਲਡੀ ਜਫਾ ਲਾਊ ਜਾਂ ਮਨੀ ਜਾਂ ਲਾਡੀ ਇਹਦੇ ਸਮੇਂ ਨੇ ਦੱਸਣਾ ਤਾਂ ਉਹ ਸਾਹਮਣੇ ਦੇਖਦੇ ਵੀ ਜਿਹੜੇ ਜਾਫੀ ਦਾ ਪਹਿਲਾ ਨਾਂ ਲਿਆ ਸੀ ਉਹਨੇ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਜੀਤਾ ਮਹਿਰੋ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਕਿ ਲੜ ਲੱਗ ਗੁਰੂ ਦੇ ਦਾਅ ਵਿੱਚ ਸਿੱਖਣੇ ਪੈਂਦੇ ਨੇ ਰਹਿਣਾ ਪੈਂਦਾ ਉਹਨਾਂ ਅਸੂਲਾਂ ਦੇ ਵਿੱਚ ਕੋਚ ਜੋ ਕਹਿੰਦੇ ਨੇ ਜ਼ਰੂਰੀ ਹੁੰਦਾ ਖਿਡਾਰੀ ਲਈ ਨਿਮਰਤਾ ਤੇ ਪਿਆਰ ਮਿੱਤਰੋ ਬੰਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਜਿਹੜੀ ਸਾਹੋਕਿਆਂ ਦੀ ਟੀਮ ਗਰਾਊਂਡ ਦੇ ਵਿੱਚ ਆ ਗਈ ਹੈ ਤੇ ਚੜਿੱਕ ਦੀ ਟੀਮ ਨੂੰ ਵੀ ਬੇਨਤੀ ਕਰਦੇ ਆ ਉਹ ਵੀ ਟੀਮ ਜਿਹੜੀ ਮਗਰੇ ਹੀ ਆ ਜਾਵੇ ਚੜਿੱਕ ਦੀ ਟੀਮ ਜਿਹਨਾਂ ਪੈੜਾਂ ਦੇ ਵਿੱਚ ਸਾਹੋਕਿਆਂ ਦੀ ਟੀਮ ਆਈ ਹੈ ਉਹਨਾਂ ਪੈੜਾਂ ਉੱਤੇ ਜਿਹੜੀ ਚੜਿੱਕ ਦੀ ਟੀਮ ਉਹ ਵੀ ਗਰਾਊਂਡ ਦੇ ਵਿੱਚ ਆ ਜਾਵੇ ਦੋਨੇ ਟੀਮਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਜੀਤਾ ਨੌਜਵਾਨ ਇਸ ਵੇਲੇ ਹੁਣ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਔਰ ਵਾਕਿਆ 'ਚ ਕਹਿੰਦੇ ਵੀ ਮਹਿਰੋ ਦਾ ਪੁੱਤ ਬਣ ਕੇ ਖੇਡਦਾ ਕਾਫੀ ਲੰਬਾ ਸਮਾਂ ਇਸ ਨੌਜਵਾਨ ਨੇ ਜਿਹੜਾ ਭੱਲੇ ਕਹਿੰਦੀਆਂ ਗਰਾਊਂਡਾਂ ਦੇ ਵਿੱਚ ਪ੍ਰੈਕਟਿਸ ਕੀਤੀ ਹੈ ਕਿਉਂਕਿ ਰਾਮੂਵਾਲੇ ਦੇ ਭਗਵਾਨ ਦੀ ਸ਼ਿੰਗਾਰੀ ਹੋਈ ਟੀਮ ਹੈ ਸੁਖਮੰਦਰ ਸਿੰਘ ਜੀ ਜੌਲ ਡੇਰੀ ਵਾਲੇ ਵੱਡਾ ਮਾਣ ਮਹਿਸੂਸ ਕਰਦੇ ਇਹਨਾਂ ਖਿਡਾਰੀਆਂ ਤੇ ਹਰਦਾਸ ਸਿੰਘ ਜੌਲ ਉਹਦੀ ਆਏ ਵਰੇ ਵੱਡਾ ਕਬੱਡੀ ਦਾ ਕੱਪ ਕਰਵਾਉਂਦੇ ਆ ਨਾਲ ਹੀ ਕਹਿੰਦੇ ਵੀ ਭੱਲੇ ਕਹਿੰਦੀ ਧਰਤੀ ਦੇ ਵੀ ਦੋ ਟੂਰਨਾਮੈਂਟ ਹੁੰਦੇ ਆ ਇੱਕ ਕਹਿੰਦੇ ਵੀ ਸਟੇਡੀਅਮ ਤੋਂ ਪਾਸੇ ਦੀ ਇੱਕ ਸਟੇਡੀਅਮ ਦੇ ਵਿੱਚ ਹੁਣ ਦੇਖਾਂਗੇ ਵੀ ਨੌਜਵਾਨ ਗੋਲੂ ਰੱਜੀ ਵਾਲੇ ਪਿੰਡ ਦਾ ਕਿਹੋ ਜਿਹਾ ਕਮਾਲ ਕਰੇਗਾ ਗੋਲੂ ਰੱਜੀ ਵਾਲੇ ਪਿੰਡ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਜੱਸਾ ਹੈ ਨਾਲ ਦੂਜੇ ਪਾਸੇ ਨਿੰਦਰਾ ਸਿੱਧੂ ਹੈ ਦੋ ਨੰਬਰ ਤੇ ਗਗਨਦੀਪ ਸਿੰਘ ਹੈ ਆਹ ਗਗਨਦੀਪ ਸਿੰਘ ਦੇਖਦੇ ਵੀ ਨੌਜਵਾਨ ਧੱਲੇ ਕੇ ਪਿੰਡ ਵਾਲਾ ਭਰ ਬਦਲਾ ਮਾਰਦਾ ਹੋਇਆ ਕੈਚੀ ਉੱਡਦੀ ਆ ਮਾਂ ਮਿੱਟੀ ਦੀ ਧੂੜ ਕਿ ਮਿੱਤਰਾਂ ਦੀ ਜੂਹ ਟੱਪ ਗਈ ਤੇਰੀ ਕਾਰ ਦੀ ਧੂੜ ਮੁਟਿਆਰੇ ਕਿ ਮਿੱਤਰਾਂ ਦੀ ਜੂਹ ਟੱਪ ਗਈ ਅੱਜ ਜੂਹਾਂ ਵੀ ਟੱਪਣੀ ਆ ਬਰੂਹਾਂ ਵੀ ਟੱਪਣੀ ਆ ਤੇ ਰੂਹਾਂ ਵੀ ਟੱਪਣੀ ਹੈ ਔਰ ਪੁਆਇੰਟ ਜਿਹੜਾ ਭਾਈ ਜੀ ਚੜੈਕ ਵਰਸੇ ਸਾਹੋਗੇ ਸਾਹੋਗੇ ਪਹੁੰਚ ਰੱਖਿਆ ਚੜੈਕ ਨੂੰ ਬੇਨਤੀ ਆ ਬਾਈ ਜੀ ਚੜੈਕ ਨੂੰ ਇੱਕ ਮਿੰਟ ਦਿੱਤਾ ਜਾਂਦਾ ਬਾਈ ਜੀ ਚੜੈਕ ਨੂੰ
एक छोटा जा बच्चा उन्हें पुठिया छाला मार रही है बाहर दे उदा भी तुसी मान सम्मान करियो बाद दे विच दर्शकां दी कचहरी दे विच आवेगा क्योंकि पंजाब दे विच बड़े परिवार है जिन्हां दी रोजी रोटी ना खेडां तों तुरदी है ना कबड्डी कप्पां तों तुरदी है और कोई आस लैके आउंदा किसी दे दर ते मैं बेनती करदा वीर तुसी मान सम्मान करियो जिहड़ी आ उमर है पढ़ लिखण दी उमर हुंदी है पर कहिंदे वी टिड्डां दे दुख जिहड़े हर एक कोले रोए बहुत जिहड़े गरीबड़े जे परिवार दे नाल रिलेटड है इहदा तुसी मान सम्मान करियो तुहाडे चरणां दे विच आवेगा बाद दे विच लाओ भाई पहला मैच है इन्हों का रज्जी वाला किशनपुरा ये भी दोवें टीम कपड़े उतार के ग्राउंड च पहुंचे भाई जी रज्जी वाला किशनपुरा आप बेनती करते हैं भी चडेक वर्ष साहोगे दोनों टीम तैयार रहने इस तो प्लेयर खेडने हैं लाओ जीता मेहरो पिंड वाला चल नौजवान के गुंदे शरीर की सिफत करा हाथ ला के काफी फड़ा नहीं मां पुत कबड्डी का कबड्डी मां पिंड मैरो से जीता एदा ना पिंड मैरो से जीता एदा ना मैरो वाले जीते की पाई हुई कबड्डी इस वेले खेड मैदान के लाओ सिख सरदार के फुला से हर कोई सौ लेंदा कंडिया पे सौना औखा है दुश्मेश पिता ने पुत चार बारे पुत एक मरवाना औखा है दुश्मेश पिता ने पुत चार बारे पुत एक मरवाना औखा है होलू रजी पिंड का अगली कबड्डी पाता हो खेड मैदान के और पोले पोले कदम नौजवान के विरोधियों के वेड़े वालू वाधे जा रहे हैं और गज चौड़ी छाती ताड़ दी है देखते भी जसा कितों टुट के लगा पर जी सफलता धावी के कदम चुमती हुई और पॉइंट जोड़ा गोलू नौजवान के हिस्से जुड़ता हुआ और देखते भी नौजवान राजी धले के पिंड का दूजे पासे मनी बहुत सोहनी करता हुआ कोशिश खेड मैदान डक लैण दी नौजवान राजी धले के पिंड वाला बड़े सोहने पॉइंट का वाधा करता हुआ अपनी टीम के लिए सुरंजन सिंह दसी भी कौन जितया ते किहनूं होर मेहनत की लोड़ है ਧੱਲੇ ਕਹਿੰਦੀ ਟੀਮ ਮੈਚ ਜਿੱਤ ਚੁੱਕੀ ਹੈ ਇਸ ਮੈਚ ਨੂੰ ਜਿਹੜੀ ਧੱਲੇ ਕਹਿੰਦੀ ਟੀਮ ਉਹ ਜਿੱਤ ਚੁੱਕੀ ਹੈ ਇਹ ਫੌਜੀ ਵੀਰ ਨੋਟ ਕਰ ਲਿਓ ਧੱਲੇ ਕੇ ਜਿੱਤ ਗਈ ਹੈ ਲੈ ਬਾਈ ਜੀ ਇਹ ਚੱਲਦੇ ਮੁਕਾਬਲੇ ਚ ਧੱਲੇ ਕਹਿੰਦੀ ਟੀਮ ਫਾਈਨਲ ਚ ਪਹੁੰਚ ਗਈ ਹੈ ਬਾਈ ਜੀ ਧੱਲੇ ਕਹਿੰਦੀ ਟੀਮ ਫਾਈਨਲ ਚ ਪਹੁੰਚ ਗਈ ਆ ਮੁਬਾਰਕਾਂ ਬਾਈ ਜੀ ਇਹਨਾਂ ਨੂੰ ਧੱਲੇ ਕਹਿੰਦੀ ਟੀਮ ਜਿਹੜੀ ਉਹ ਫਾਈਨਲ ਦੇ ਵਿੱਚ ਪੁੱਜ ਗਈ ਹੈ ਧੱਲੇ ਕਹਿੰਦੀ ਟੀਮ ਨੂੰ ਬੇਨਤੀ ਵੀ ਤੁਸੀਂ ਤਿਆਰੀਆਂ ਰੱਖਿਓ ਵੀ ਕਿਹੜੀ ਟੀਮ ਫਾਈਨਲ ਖੇਡੂਗੀ ਬਾਈ ਜੀ ਬਾਈ ਭੀਰੀ ਬੰਬ ਨੂੰ ਬੇਨਤੀ ਆ ਕੇ ਟਰਾਫੀ ਚੱਕ ਲਿਆ ਸੌ ਵਾਲੀ ਕਾਰਵਾਈ ਇਹਨਾਂ ਨਾਲ ਤੇ ਮੁਕਾਬਲੇ ਚ ਪਹੁੰਚੇ ਬਾਈ ਜੀ ਇਹ ਆਪਾਂ ਬੇਨਤੀ ਕਰਦੇ ਵੀ ਚੱਲਦੇ ਮੈਚ ਦੇ ਵਿੱਚ ਕਿਸ਼ਨਪੁਰਾ ਤੇ ਰੱਜੀ ਵਾਲਾ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਆਓ ਦੇਖਦੇ ਵੀ ਜਿਹੜਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਹੁਣ ਦੇਖਦੇ ਵੀ ਨੌਜਵਾਨ ਚੜਿੱਕ ਵਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਤਾਂ ਉਹ ਦੇਖਦੇ ਵੀ ਸਾਹਮਣੇ ਨੌਜਵਾਨ ਨੇ ਜਿਹੜੀ ਟੱਕਰ ਬਰਾਬਰ ਦੀ ਦਿੱਤੀ ਹੈ ਤੇ ਜਿਹੜਾ ਪੁਆਇੰਟ ਚੜਿੱਕ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹਾਕਮ ਨੇ ਲੰਮਾ ਸਮਾਂ ਕਰ ਖੇਡਿਆ ਤੇ ਕਿਤੇ ਕਿਤੇ ਵੀ ਮੇਜਰ ਚੜਿੱਕ ਨੇ ਦੁਨੀਆ ਗੁੱਟ ਤੋਂ ਫੜ ਕੇ ਖੜਾ ਦਿੱਤੀ ਆਪਣੇ ਸਮੇਂ ਦੇ ਵਿੱਚ ਆ ਭਲਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਰੱਜੀ ਵਾਲਾ ਤੇ ਕਿਸ਼ਨਪੁਰਾ ਓਪਨ ਦੇ ਮੁਕਾਬਲੇ ਵਾਸਤੇ ਰੱਜੀ ਵਾਲਾ ਵਾਸ ਕਿਸ਼ਨਪੁਰਾ ਬਾਈ ਜੀ ਚੱਲਦੇ ਮੁਕਾਬਲੇ ਜੀ ਦੋਵੇਂ ਟੀਮਾਂ ਪਹੁੰਚਣੀਆਂ ਚਾਹੀਦੀਆਂ ਨਹੀਂ ਤਾਂ ਟੀਮ ਕੱਟ ਦਿੱਤੀ ਜਾਵੇਗੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਨਾਲ ਹੀ ਫੌਜੀ ਵੀਰ ਲੈਫਟ ਤਿਆਰ ਕਰ ਲਓ ਆਪਾਂ ਘੱਲਕ ਲਾ ਦੇ ਘੰਟੇ ਨਾ ਬਈ ਮੇਹਰ ਸਿੰਘ ਵਾਲਾ ਤੇ ਜਨੇਦਪੁਰਾ ਮੇਹਰ ਸਿੰਘ ਵਾਲਾ ਤੇ ਜਨੇਦਪੁਰਾ ਲੰਡੇ ਕੇ ਤੇ ਘੱਲਕ ਲਾ ਯਾਰ ਕਲੱਬ ਲੰਡੇ ਕੇ ਘੱਲਕ ਲਾ ਯਾਰ ਕਲੱਬ ਲਓ ਸਾਹਮਣੇ ਹੁਣ ਦੇਖਦੇ ਵੀ ਨੌਜਵਾਨ ਬਿੱਟੂ ਭਲਵਾਨ ਸਾਹੋ ਦੇ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਹੋ ਕੇ ਪਿੰਡ ਵਾਲੇ ਭਲਵਾਨ ਦੀ ਪਾਈ ਹੋਈ ਕਬੱਡੀ ਔਰ ਜਿਹੜੇ ਚਾਰ ਜਾਫੀ ਹੈ ਉੱਡਦੀ ਆ ਮਾਂ ਮਿੱਟੀ ਦੀ ਤੂੜੀ ਛੂਦੀ ਉਸ ਮਾਨਾਂ ਨੂੰ ਨਜ਼ਰਾਂ ਤੋਂ ਬੱਚਾ ਹੀ ਉਹ ਮਾਲਕਾ ਇਹਨਾਂ ਜਵਾਨਾਂ ਨੂੰ ਨਜ਼ਰਾਂ ਤੋਂ ਬੱਚਾ ਹੀ ਉਹ ਮਾਲਕਾ ਇਹਨਾਂ ਜਵਾਨਾਂ ਨੂੰ ਔਰ ਜਿੱਥੇ ਕਹਿੰਦੇ ਵੀ 2012 ਦਾ ਜਿਹੜਾ ਸਾਲ ਉਹ ਖਿਡਾਰੀਆਂ ਵਾਸਤੇ ਬਹੁਤਾ ਵਧੀਆ ਨਹੀਂ ਰਿਹਾ ਕਿਉਂਕਿ ਮਾਂ ਖੇਡ ਕਬੱਡੀ ਨੂੰ ਵੱਡਾ ਘਾਟਾ ਪਿਆ ਜਦੋਂ ਧਾਲੀਵਾਲ ਵਾਲਾ
ਤੇਬਾ ਤੁਰ ਗਿਆ ਤੇ ਫਿਰ ਹਠੂਰ ਦੇ ਅਮਨ ਨੂੰ ਕਹਿੰਦੇ ਵੀ ਉਸ ਕਲੈਣੀ ਮੌਤ ਨੇ ਖੋਲਿਆ ਖੇਡ ਕਬੱਡੀ ਤੋਂ ਔਰ ਨਿਜ਼ਾਮਪੁਰ ਦੇ ਤੇਜ ਦੀ ਲੱਤ ਕੱਟੀ ਗਈ ਔਰ ਸਲੋਹ ਦੇ ਖੇਡ ਮੈਦਾਨਾਂ ਦੇ ਵਿੱਚ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਰੁੜਕੇ ਵਾਲੇ ਰਮਨ ਦੀ ਰੀੜ ਦੀ ਹੱਡੀ ਦਾ ਮੜਕਾ ਬਹਿ ਗਿਆ ਔਰ ਕਹਿੰਦੇ ਵੀ ਮੰਦ ਭਾਗਾ ਰਿਹਾ ਉਹ 1 ਸਤੰਬਰ ਦਾ ਜਿਹੜਾ ਦਿਨ ਹਠੂਰ ਦੀ ਧਰਤੀ ਦੇ ਲਈ ਕਿ ਚੜ੍ਹਦੇ ਸੂਰਜ ਵਾਂਗੂ ਚਮਕਦਾ ਸੀ ਤੂੰ ਅਮਲਿਆ ਕਦੋਂ ਚਮਕੇਗਾ ਦੁਬਾਰੇ ਤੇਰੇ ਬਾਝੋ ਸੁਨੇ ਪਏ ਪਿੰਡ ਹਠੂਰ ਦੇ ਚਵਾਰੇ ਤੇਰੇ ਬਾਝੋ ਸੁਨੇ ਪਏ ਪਿੰਡ ਹਠੂਰ ਦੇ ਚਵਾਰੇ ਕੈਰੀ ਓਨ ਭਾਜੀ ਭਾਈ ਜੀ ਕਲੀ ਵਾਲੇ ਵੀਰ ਨੂੰ ਬੇਨਤੀ ਆ ਕਿ ਢੇਰੀ ਬਣਾਵੇ ਦੋਵੇਂ ਨਾਲੀ ਕਲੀ ਵਾਲੇ ਵੀਰ ਨੂੰ ਬੇਨਤੀ ਵੀ ਲੈਣਾ ਮਾਧੋਂ ਪੈ ਗਈ ਐਨ ਜਗਮਗ ਜਗਮਗ ਕਰਾ ਦੇਵੇ ਵੀ ਪਤਾ ਲੱਗਿਆ ਜੇ ਕੋਸਾ ਪਾਡੋ ਦੀ ਧਰਤੀ ਤੇ ਰੌਣਕਾਂ ਲੱਗੀਆਂ ਨੇ ਔਰ ਚਾਰ ਚੁਫੇਰੇ ਵੱਡੇ ਪ੍ਰਬੰਧ ਹੈ ਵੱਡਾ ਕੱਠ ਦਰਸ਼ਕ ਵੀਰਾਂ ਦਾ ਔਰ ਝੰਡੇ ਰੰਗ ਬਣ ਕੇ ਹਵਾ ਦੇ ਵਿੱਚ ਲਹਿਰਾਉਂਦੇ ਆ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਆਉਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ ਕਹਿ ਰਹੇ ਹੋਣ ਮੁਬਾਰਕਬਾਦ ਦੇ ਰਹੇ ਹੋਣ ਸਾਡੇ ਐਨ ਆਰ ਆਈ ਸਪੋਰਟਸ ਕਲੱਬ ਨੂੰ ਕਿਉਂਕਿ ਵੱਡੀ ਦੇਣ ਹੈ ਐਨ ਆਰ ਆਈ ਵੀਰਾਂ ਦੀ ਤਾਂ ਦੇਖਦੇ ਵੀ ਨੌਜਵਾਨ ਹੁਣ ਚੜਿੱਕ ਦੀ ਤਰਫੋਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਕਹਿੰਦਾ ਵੀ ਕੱਲ੍ਹ ਤੋਂ ਲੈ ਕੇ ਟੌਪ ਤੇ ਜਾਂ ਫਿਰ ਆਏ ਸਰਾਮਾਂ ਵਾਲੇ ਸਤਨਾਮ ਰਹੇ ਤੇ ਆਹ ਜਾਫੀ ਨੇ ਵੀ ਕਹਿੰਦੇ ਕਹਾਉਂਦੇ ਧਾਵੀਆਂ ਦੇ ਧੋਬੀ ਪਲਟੇ ਲਵਾਏ ਤੇ ਹੁਣ ਦੇਖਦੇ ਵੀ ਕੈਵਣ ਝੜਦੀ ਹੈ ਇੱਕ ਪਾਸੇ ਚੜਿੱਕ ਵਾਲਾ ਦੇ ਦੂਜੇ ਪਾਸੇ ਸਾਹੋ ਕੇ ਪਿੰਡ ਵਾਲਾ ਜਾਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਚੱਲੋ ਨੌਜਵਾਨ ਪਾ ਕਬੱਡੀ ਲਓ ਸਾਹੋ ਕੇ ਵਾਲਾ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਵਧਿਆ ਹੋਇਆ ਸਿਆਸਤ ਦੇ ਵਿੱਚ ਕਹਿੰਦੇ ਵੱਡਾ ਨਾਂ ਭੁਪਿੰਦਰ ਸਿੰਘ ਸਾਹੋ ਕੇ ਦਾ ਮੰਦਰ ਭੋਡੀਪੁਰੇ ਵਾਲਾ ਸਾਡਾ ਵੀਰ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਚੱਕਰ ਲਾ ਰਿਹਾ ਤਾਂ ਤੁਸੀਂ ਮਾਨ ਸਨਮਾਨ ਕਰਿਓ ਆਓ ਦੇਖਦੇ ਵੀ ਘੁੱਟ ਕੇ ਕਲਾਮੇ ਦੇ ਵਿੱਚ ਲੈ ਲਿਆ ਤੇ ਪੁਆਇੰਟ ਔਰ ਜਿਹੜੇ ਚਾਰ ਜਾਫੀ ਦੇ ਸਾਹੂਕਿਆਂ ਦੀ ਧਰਤੀ ਦੇ ਚਾਰ ਜਾਫੀ ਸਾਹਮਣੇ ਦੇਖਦੇ ਵੀ ਸਾਹੂਕਿਆਂ ਦੀ ਧਰਤੀ ਦੇ ਹੁਣ ਕਿਹੋ ਜਿਹਾ ਕਮਾਲ ਕਰਦੇ ਨੇ ਇੱਕ ਦੇ ਕਹਿੰਦੇ ਵੀ ਸ਼ਾਨਦਾਰ ਟੈਟੂ ਖੜਵਾਇਆ ਹੋਇਆ ਇੱਕ ਮੋਢੇ ਦੇ ਉੱਪਰ ਤੇ ਚੜਿੱਕ ਵਾਲਾ ਗੱਭਰੂ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਕੌਣ ਅੱਗੇ ਹੋ ਕੇ ਕਹਿੰਦੇ ਵੀ ਚੀਨ ਦੀ ਕੱਢ ਬਣੂ ਸਰਾਵਾਂ ਵਾਲੇ ਸਤਨਾਮ ਸਿੰਘ ਦੀ ਕੋਸ਼ਿਸ਼ ਹੈ ਤੇ ਪੁਆਇੰਟ ਜਿਹੜਾ ਇਸ ਵੇਲੇ ਚੜਿੱਕ ਦੀ ਟੀਮ ਦੇ ਹਿੱਸੇ ਭਲਵਾਨ ਕੋਟ ਸੁਖੀਏ ਸਾਹੂਕੇ ਵਾਲਾ ਇੱਕ ਭਲਵਾਨ ਕੋਟ ਸੁਖੀਏ ਵਾਲਾ ਆਪਾਂ ਦੇਖਦੇ ਵੀ ਆਹ ਨੌਜਵਾਨ ਭਲਵਾਨ ਹੁਣ ਦੇਖਦੇ ਵੀ ਸਾਹੂਕੇ ਪਿੰਡ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੰਦਰ ਭੋਡੀਪੁਰੇ ਵਾਲਾ ਸਾਡਾ ਵੀਰ ਉਹ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆ ਰਿਹਾ ਹੈ ਰੱਜੀ ਵਾਲਾ ਤੇ ਕਿਸ਼ਨਪੁਰਾ ਖੇਡਣਗੇ ਘੱਲ ਕਲਾਂ ਇਹ ਦੇ ਝੰਡੇਆਣਾ ਮੇਹਰ ਸਿੰਘ ਵਾਲਾ ਤੇ ਜਨੇਤਪੁਰਾ ਲੰਡੇ ਕੇਤੇ ਘੱਲ ਕਲਾਂ ਆਜ਼ਾਦ ਕਲੱਬ ਖੋਸਾ ਰਣਧੀਰ ਤੇ ਸ਼ੂਸ਼ਕ ਦੇਸ਼ ਰਾਜ ਕਲੱਬ ਭਲੂਰ ਤੇ ਰਾਜੇਆਣਾ ਨਾਲ ਹੀ ਬਗੀਚੇ ਵਾਲਾ ਤੇ ਲੱਲੇ ਤੱਦਾ ਹੂਰ ਤੇ ਬਾਬਾ ਮਾਨਦਾਸ ਕਲੱਬ ਰੌਲੀ ਘੰਟਾ ਬੰਨ ਤੇ ਬਾਬਾ ਖੋਸਾ ਰਣਧੀਰ ਕਲੱਬ ਕੋਟ ਸੁਖੀਆ ਤੇ ਕਾਂਛੀ ਰਾਮ ਕਲੱਬ ਧੂੜਕੋਟ ਰਸੂਲਪੁਰ ਏ ਤੇ ਡਰੋਲੀ ਭਾਈ ਦੇ ਖੇਡਣ ਜਿਨ੍ਹਾਂ ਟੀਮਾਂ ਦੇ ਨਾਂ ਅਨਾਊਂਸ ਕੀਤੇ ਉਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਇਹ ਆਪਾਂ ਬੇਨਤੀ ਕਰਦੇ ਹਾਂ ਵੀ ਕਿਸ਼ਨਪੁਰਾ ਤੇ ਰੱਜੀ ਵਾਲਾ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਸ਼ਨਪੁਰਾ ਤੇ ਰੱਜੀ ਵਾਲਾ ਨਾਲ ਹੀ ਜਿੰਨੀ ਰੱਬ ਵਰਗੀ ਸੰਗਤ ਪੁੱਜੀ ਹੋਈ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਪੰਜਾਬ ਉਹ ਰੁਝੇਵਿਆਂ ਦੀ ਧਰਤੀ ਹੈ ਪਰ ਮਾਂ ਖੇਡ ਕਬੱਡੀ ਦੇ ਲਈ ਸਾਰੇ ਰੁਝੇਵੇਂ ਰੱਦ ਕੀਤੇ ਸਾਰੇ ਜ਼ਰੂਰੀ ਕੰਮ ਧੰਦੇ ਇੱਕ ਪਾਸੇ ਛੱਡ ਦਿੱਤੇ ਹੈ ਇਹਨਾਂ ਮੈਚਾਂ ਨੂੰ ਤਰਜੀਹ ਦਿੱਤੀ ਹੈ ਤੇ ਪੁਆਇੰਟ ਇਸ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਆਪਾਂ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਇੱਕ ਪਿੰਡ ਓਪਨ ਦੀਆਂ ਟੀਮਾਂ ਨੇ ਕਿਸ਼ਨਪੁਰਾ ਤੇ ਰੱਜੀ ਵਾਲਾ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ ਰੱਜੀ ਵਾਲਾ ਤੇ ਬੇਨਤੀ ਕਰਦੇ ਵੀ ਜਿਹੜੀ ਕਿਸ਼ਨਪੁਰੇ ਦੀ ਟੀਮ ਹੈ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ ਆਓ ਦੇਖਦੇ ਵੀ ਸਾਹਮਣੇ ਹੁਣ ਨੌਜਵਾਨ ਇਸ ਵੇਲੇ ਚੜਿੱਕਰੀ ਤਰਫੋਂ ਕਬੱਡੀ ਪਾਉਂਦਾ ਹੋਇਆ ਸਤਨਾਮ ਸਿੰਘ ਸਰਾਵਾਂ ਵਾਲਾ ਕਹਿੰਦਾ ਮੈਨੂੰ ਛੱਡੋ ਮੈਂ ਕਰਦਾ ਦੋ ਹੱਥ ਦੇ ਨਾਲ ਪਰ ਢਿੱਲੇ ਪੈ ਗਏ ਨੇ ਗਾਂਧੀ ਦੇ ਮਣਕੇ ਤੇ ਵਸ ਪੈ ਗਏ ਅੜਬਾਂ ਦੇ ਢਿੱਲੇ ਪੈ ਗਏ ਨੇ ਗਾਂਧੀ ਦੇ ਮਣਕੇ ਤੇ ਵਸ ਪੈ ਗਏ ਅੜਬਾਂ ਦੇ ਸਵਾਦ ਫਿਰ ਆਉਂਦਾ ਹੈ ਜਦੋਂ ਅੱਗੋਂ ਵੀ ਬਰਾਬਰ ਦਾ ਪਤੰਗ ਟੱਕਰਦਾ ਲਓ ਭਲਵਾਨ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਸਾਹੂਕੇ ਪਿੰਡ ਵਾਲਾ ਭਲਵਾਨ ਕਬੱਡੀ ਕਬੱਡੀ ਕਰਦਾ ਹੋਇਆ ਔਰ ਸਾਹਮਣੇ ਦੇਖਦੇ ਵੀ ਇੱਕ ਨੰਬਰ ਤੋਂ ਕੋਸ਼ਿਸ਼ ਕੀਤੀ ਹੋਈ ਹੈ ਲੱਕ ਭਰ ਗਈ ਹੈ ਲਓ ਸਾਹਮਣੇ ਦੇਖਦੇ ਵੀ ਦਿੱਲੀ ਗਿਆ ਤੇ ਲਿਆ ਦੀ ਲਹਿੰਗਾ ਤੇ ਲੈ ਜਾ ਮੇਰਾ ਲੱਕ ਮਿਣ ਕੇ ਦਿੱਲੀ ਗਿਆ ਤੇ ਲਿਆ ਦੀ ਲਹਿੰਗਾ ਤੇ ਲੈ ਜਾ ਮੇਰਾ ਲੱਕ ਮਿਣ ਕੇ ਟੌਪ ਦਾ ਜਾਫਾ ਹੈ ਭਲਵਾਨ ਸਾਹੂਕੇ ਪਿੰਡ ਵਾਲਾ ਜਾਫਾ ਖਾ ਚੁੱਕਾ ਹੈ ਤੇ ਪੁਆਇੰਟ ਜਿਹੜਾ ਚੜਿੱਕ ਦੀ ਟੀਮ ਦੇ ਹਿੱਸੇ ਹੈ
ਰੱਜੀ ਵਾਲੇ ਦੀ ਟੀਮ ਪੁੱਜ ਗਈ ਆ ਤੇ ਕਿਸ਼ਨਪੁਰੇ ਨੂੰ ਬੇਨਤੀ ਕਰਦੇ ਆ ਇੱਕ ਪਿੰਡ ਓਪਨ ਦੇ ਲਈ ਕਿਸ਼ਨਪੁਰੇ ਦੀ ਟੀਮ ਉਹ ਗਰਾਊਂਡ ਦੇ ਵਿੱਚ ਆ ਜਾਵੇ। ਕਿਸ਼ਨਪੁਰੇ ਦੀ ਟੀਮ ਨੂੰ ਆਪਾਂ ਬੇਨਤੀ ਕਰਦੇ ਆ ਵੀ ਉਹ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਕਿਸ਼ਨਪੁਰੇ ਦੀ ਟੀਮ ਚਿੜਕ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ ਆਪਾਂ ਬੇਨਤੀ ਕਰਦੇ ਆ ਵੀ ਜਿਹੜੀ ਕਿਸ਼ਨਪੁਰੇ ਦੀ ਟੀਮ ਹੈ ਉਹ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਕਿਸ਼ਨਪੁਰੇ ਦੀ ਟੀਮ ਨੂੰ ਬੇਨਤੀ ਕਰਦੇ ਆ ਹੱਥ ਵੱਧ ਕੇ ਜਿਹੜੀ ਰੱਜੀਵਾਲ ਦੀ ਟੀਮ ਉਹ ਗਰਾਊਂਡ ਦੇ ਵਿੱਚ ਆ ਗਈ ਹੈ ਤੇ ਕਿਸ਼ਨਪੁਰੇ ਦੀ ਟੀਮ ਨੂੰ ਬੇਨਤੀ ਵੱਲੋਂ ਭਲਵਾਨ ਨੂੰ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਭਲਵਾਨ ਦੀ ਪਾਈ ਹੋਈ ਕਬੱਡੀ। ਔਰ ਨਾਲ ਹੀ ਆਪਾਂ ਅਗਲੇ ਮੈਚਾਂ ਦੇ ਲਈ ਬੇਨਤੀ ਕਰਦੇ ਵੀ ਸਾਡਾ ਵੀਰ ਆ ਇੱਥੇ ਰੱਖ ਐਨ ਕਹਿੰਦੇ ਵੀ ਧੱਕੇ ਮਾਰ ਕੇ ਬਾਹਰ ਕੱਢਿਆ ਜਿਵੇਂ ਜੱਟ ਮੱਕੀ ਚੋਂ ਝੋਟਾ ਕੱਢਦਾ ਹੁੰਦਾ ਤੇ ਪੁਆਇੰਟ ਜਿਹੜਾ ਜਾਫੀਆ ਨੇ ਉਸੇ ਅਗਲੇ ਮੈਚਾਂ ਦੇ ਲਈ ਸਾਡਾ ਵੀਰ ਬੂਟਾ ਉਮਰੀਆ ਨਾ ਉਹ ਮੈਚ ਦੇ ਮੈਚ ਤੇ ਆਵੇਗਾ ਔਰ ਇਹਨਾਂ ਦਰਸ਼ਕ ਵੀਰਾਂ ਨੂੰ ਜੋੜੇਗਾ ਇਹਨਾਂ ਮੈਚਾਂ ਦੇ ਨਾਲ ਇਸ ਕਬੱਡੀ ਦੇ ਨਾਲ। ਆਪਾਂ ਬੇਨਤੀ ਕਰਦੇ ਵੀ ਬੂਟਾ ਉਮਰੀਆ ਨਾ ਸਾਡਾ ਵੀਰ ਮਾਈਕ ਤੇ। ਚਿੜਕ ਦੀ ਟੀਮ ਇਸ ਮੈਚ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਚੁੱਕੀ ਹੈ। ਚਿੜਕ ਦੀ ਟੀਮ ਇੱਕ ਵਾਰੀ ਦਰਸ਼ਕ ਵੀਰੋ ਮੈਚ ਵਧੀਆ ਲੱਗਾ ਤੇ ਤਾੜੀ ਮਾਰੋ ਜ਼ੋਰ ਦੇ ਨਾਲ। ਮੈਚ ਕਾਫੀ ਫਸਿਆ ਸੀ ਡਾਂਗ ਕਾਫੀ ਖੜਕੀ ਹੈ। ਚਿੜਕ ਦੀ ਟੀਮ ਇਹ ਮੈਚ ਨੂੰ ਵਿਨ ਕਰ ਚੁੱਕੀ ਹੈ। ਪ੍ਰਧਾਨ ਦਵਿੰਦਰ ਸਿੰਘ ਗਾਂਧੀ ਗੋਰਾ ਸਟੂਡੀਓ ਪਾਲ ਸਿੰਘ ਜੀ ਪ੍ਰਧਾਨ ਤਾਰਾ ਕਬੱਡੀ ਖਿਡਾਰੀ ਅਮਰੀਕ ਸਿੰਘ ਅਮਰੀਕਾ ਗੁਰਪ੍ਰੀਤ ਮਿੱਠਾ ਤੇ ਹਰਪ੍ਰੀਤ ਸਿੰਘ ਹੈਲੋ ਗਿਆਨ ਤੇ ਅੰਕ ਸਕਰਮ ਨਾ ਜਾਣਾ ਜਾਣਾ ਸਾਰ ਨਾ ਜਾਣਾ ਤੇਰੀ ਗਿਆਨ ਤੇ ਅਨਕ ਸਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿੰਦ ਕਰ ਰਾਖੀ ਮੇਰੀ। ਰੱਜੀ ਵਾਲੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਹੈ ਸੱਤਰ ਕਿਲੋ ਭਾਰ ਦੇ ਜਿਹੜੇ ਮੈਚ ਸਮਾਪਤੀ ਵੱਲ ਵੱਧ ਚੁੱਕੇ ਹੈ। ਸਮੁੱਚੇ ਸਾਡੇ ਐਨ ਆਰ ਆਈ ਵੀਰ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਹੈ। ਸਮੁੱਚੇ ਪਿੰਡ ਦਾ ਪੁੱਜੇ ਹੋਏ ਰੱਬ ਰੂਪੀ ਦਰਸ਼ਕਾਂ ਦਾ ਔਰ ਕਿਸ਼ਨਪੁਰੇ ਦੀ ਟੀਮ ਜਿਹੜੀ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ ਹੱਥ ਬੰਨ ਬੇਨਤੀ ਹੈ। ਇਸ ਤੋਂ ਬਾਅਦ ਢਲ ਕਲਾਂ ਏ ਤੇ ਝੰਡਿਆਣਾ ਮੇਹਰ ਸਿੰਘ ਵਾਲਾ ਤੇ ਜਨੇਤਪੁਰਾ ਲਾਂਡੇ ਕੇ ਤੇ ਢਲ ਕਲਾਂ ਯਾਦ ਕਬੱਡੀ ਕਲੱਬ ਇੰਨੀਆਂ ਟੀਮਾਂ ਨੂੰ ਮੇਰੀ ਬੇਨਤੀ ਆਪਣੀ ਤਿਆਰੀ ਖਿੱਚ ਲੈਣ। ਇੱਕ ਮਿੰਟ ਦਾ ਸਮਾਂ ਗੁਰਮੁਖ ਜੀ ਨੋਟ ਕਰ ਲਓ ਕਿਸ਼ਨਪੁਰੇ ਦੀ ਟੀਮ ਦਾ ਨਾਲ ਹੀ ਸਾਰੀਆਂ ਟੀਮਾਂ ਨੋਟ ਕਰਨ। ਇੱਕ ਟੀਮ ਗਰਾਊਂਡ ਦੇ ਵਿੱਚ ਹੋਵੇਗੀ ਦੂਸਰੀ ਜਿਹੜੀ ਟੀਮ ਹੈ ਉਹ ਐਂਟਰੀ ਗੇਟ ਤੇ ਤਿਆਰ ਹੋਵੇਗੀ। ਕਿਸੇ ਟੀਮ ਦਾ ਜਿਹੜਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ ਪਹਿਲਾ ਇਹ ਮੁਕਾਬਲਾ ਹੈ। ਜਲਦੀ ਨਾਲ ਕਿਸ਼ਨਪੁਰੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਜੀ ਕਮੇਟੀ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਹੈ ਤੋਂ ਨਾਸ ਕਰ ਦਿਓ ਤੇ ਆ ਟੀਮ ਨੂੰ ਵਾਕਓਵਰ ਦੇ ਦਿਓ ਜੀ। ਨਾਲ ਹੀ ਕੱਲ ਏ ਤੇ ਝੰਡਿਆਣਾ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ। ਮੇਹਰ ਸਿੰਘ ਵਾਲਾ ਤੇ ਜਨੇਤਪੁਰਾ ਜੀ ਮੇਹਰ ਸਿੰਘ ਵਾਲਾ ਵਰਸੀ ਜਨੇਤਪੁਰਾ ਲਾਂਡੇ ਕਿਤੇ ਆਜ਼ਾਦ ਕਬੱਡੀ ਕਲੱਬ ਕੱਲ ਕਲਾਂ ਇਹਨਾਂ ਨੂੰ ਰੱਜੀ ਵਾਲਾ ਜੇਤੂ ਆ ਜੀ ਰੱਜੀ ਵਾਲਾ 17, 18 ਤੇ 19 ਤਰੀਕ ਜਿਹੜੀ ਸਾਦਾ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਹੈ ਖੁੱਲੇ ਸੱਦੇ ਦਿੱਤੇ ਜਾ ਰਹੇ ਸਤਿਕਾਰਯੋਗ ਖੇਡ ਪ੍ਰੇਮੀ ਦੇ ਖਿਡਾਰੀ ਵੀਰਾਂ ਨੂੰ। 16 ਤੇ 17 ਜਿਹੜੀ ਤਰੀਕ ਆ ਸਿੰਘਪੁਰੇ ਮੰਨਣ ਦੇ ਕਬੱਡੀ ਕੱਪ ਦੀ ਹੈ। 15, 14, 15 ਤੇ 16 ਤਰੀਕ ਜਿਹੜੀ ਜਨੇਰ ਦੀ ਹੈ ਕੱਲ ਏ ਤੇ ਝੰਡਿਆਣਾ ਪੁੱਜੋ ਜੀ। ਹੈਲੋ ਆਹ ਕਲੱਬ ਦੀ ਕਿਹੜੀ ਪਹਿਲਾਂ ਆਊਗੀ ਉਹਨੂੰ ਕੋਈ ਟੀਮਾਂ ਹੱਥ ਖੜਾ ਕਰ ਦੇਣ ਜੇ ਪੁੱਜਦੀਆਂ ਤਾਂ ਨਹੀਂ ਦੋਵੇਂ ਟੀਮਾਂ ਵੀ ਏ ਸੀ ਇਹ ਵੀ ਕੱਢ ਦੇਣੀਆਂ ਕਿਉਂਕਿ ਜਿਹੜਾ ਖਿਡਾਰੀ ਸਮੇਂ ਸਿਰ ਗਰਾਊਂਡ ਦੇ ਵਿੱਚ ਨਹੀਂ ਆਵੇਗਾ ਉਹ ਟੀਮ ਜਿਹੜੀ ਕੱਢ ਦਿੱਤੀ ਜਾਵੇਗੀ। ਕੱਲ ਏ ਤੇ ਝੰਡਿਆਣਾ ਜੀ ਮੇਹਰ ਸਿੰਘ ਵਾਲਾ ਤੇ ਜਨੇਤਪੁਰਾ ਲਾਂਡੇ ਕੇ ਤੇ ਆਜ਼ਾਦ ਕਬੱਡੀ ਕਲੱਬ ਕੱਲ ਜੀ। ਇੱਕੋ ਮਿੰਟ ਜੀ ਕੱਢੀ ਜਾ ਰਹੇ ਹਾਂ ਪਾਲ ਜੀ ਟੀਮਾਂ ਆਦਿ ਰਹੀਆਂ ਅਨਾਊਂਸ ਬਹੁਤ ਚਿਰ ਦੇ ਕਰ ਰਹੇ ਹਾਂ।
ਲਾ ਜੀ ਝੰਡੇ ਵਾਲਾ ਤੇ ਕਾਲ ਇੱਕ ਮਿੰਟ ਤੋਂ ਬਾਅਦ ਅਸੀਂ ਕੱਢ ਦੇਣੀਆਂ ਜੀ ਦੋਵੇਂ ਟੀਮਾਂ। ਝੰਡੇ ਵਾਲੇ ਦੀ ਟੀਮ ਪੁੱਜ ਰਹੀ ਹੈ, ਕਲਾਂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਜਾਵੇ। ਕੱਲ ਇਹ ਮੇਹਰ ਸਿੰਘ ਵਾਲਾ ਤੇ ਜਨੇਦਪੁਰਾ ਜੀ, ਮੇਹਰ ਸਿੰਘ ਵਾਲਾ ਵਾਸੀ ਜਨੇਦਪੁਰਾ ਲਾਂਡੇ ਕੇ ਤੇ ਕੱਲ ਕਲਾਂ ਜੀ ਆਜ਼ਾਦ ਕਬੱਡੀ ਕਲੱਬ, ਉਸ ਤੋਂ ਬਾਅਦ ਲਾਂਡੇ ਕੇ ਤੇ ਕਲਾਂ ਦੀ ਟੀਮ ਖੋਸਰ ਤੀਰ ਤੇ ਸ਼ੋਸ਼ਕ ਜੀ, ਇਹ ਵੀ ਜਿਹੜੀਆਂ ਟੀਮਾਂ ਆਪਣੀ ਤਿਆਰੀ ਰੱਖਣ। ਦੇਸ਼ ਰੱਬ ਕਬੱਡੀ ਕਲੱਬ ਭਲੂਰ ਦੇ ਰਾਜਿਆਣਾ, ਬਘੇਲੇ ਵਾਲੇ ਦੇ ਲੱਲੇ, ਦਾਦਾ ਹੋਰ ਦੇ ਬਾਬਾ ਮਾਨ ਸਿੰਘ ਜੀ ਕਬੱਡੀ ਕਲੱਬ ਰਾਲੀ, ਬਾਬਾ ਰਣਧੀਰ ਸਿੰਘ ਜੀ ਕਬੱਡੀ ਕਲੱਬ ਖੋਸਰ ਤੀਰ ਤੇ ਘਾਂਡਾ ਬੰਨਾ, ਢੋੜ ਸੁਗੀਆ ਤੇ ਕਾਸ਼ੀ ਰਾਮਪੁਰ, ਢੋੜਕੋਟ ਰਸੂਲਪੁਰੇ ਤੇ ਟਰੋਲੀ, ਇਹ ਸਾਰੇ ਅਸੀਂ ਜਿਹੜੇ ਮੈਚ ਹੈ ਉਹ ਅਨਾਊਂਸ ਕਰ ਦਿੱਤੇ ਹੈ। ਬਹੁਤ ਮਿਹਰਬਾਨੀ ਹੈ, ਜਲਦੀ ਨਾਲ ਜਿਹੜੀ ਟੀਮ ਆ ਝੰਡੇ ਆਣਾ ਤੇ ਕਾਲੇ ਦੀ ਟੀਮ ਗਰਾਊਂਡ ਦੇ ਵਿੱਚ ਪੁੱਜੇ ਜੀ। ਝੰਡੇ ਆਣਾ ਪੁੱਜ ਗਿਆ, ਕੱਲਾਂ ਦੀ ਟੀਮ ਕਿਤੇ ਵੀ ਤਿਆਰ ਹੁੰਦੀ ਹੱਥ ਖੜਾ ਕਰ ਦਿਓ। ਇੱਕ ਆ ਕੇ ਨਹੀਂ ਪੂਰੀ ਜਿਹੜੀ ਟੀਮ ਆ ਫਿਰ ਕਬੱਡੀ ਮਿਲਣੀ ਹੈ, ਅਨਾਊਂਸ ਕੀਤਾ ਮੇਰੇ ਵੀਰਾਂ ਨੇ। ਜਿਹੜੀ ਵੀ ਪੂਰੀ ਟੀਮ ਆਉਂਦੀ ਹੈ ਪਹਿਲੀ ਜਿਹੜੀ ਰੇਡ ਉਸ ਟੀਮ ਦੀ ਹੈ, ਨਾ ਕਿ ਇੱਕ ਖਿਡਾਰੀ ਆ ਕੇ ਕਵੇ ਵੀ ਮੈਨੂੰ ਪਹਿਲੀ ਕਬੱਡੀ ਦੇਵੋ। ਸਾਰੀ ਮੈਂ ਲਿਸਟ ਬੋਲ ਦਿੱਤੀ ਹੈ ਤੇ ਹੁਣ ਮਜਬੂਰੀ ਸਾਡੀ ਵੀ ਹੋ ਜਾਣੀ ਹੈ ਟੀਮਾਂ ਕੱਟਣ ਦੀ, ਕਿਉਂਕਿ ਬਾਹੋਂ ਫੜ ਕੇ ਤੁਹਾਨੂੰ ਗੱਡੀ ਕੋਲੋਂ ਅਸੀਂ ਲਿਆਉਣਾ ਨਹੀਂ, ਅਸੀਂ ਤਾਂ ਮਾਈਕ ਤੋਂ ਕੱਟਣਾ ਹੈ। ਟੀਮਾਂ ਸਾਰੀਆਂ ਨੋਟ ਕਰ ਲੈਣ, ਜਿਹੜੀ ਟੀਮ ਸਮੇਂ ਸਿਰ ਨਹੀਂ ਆਉਂਦੀ ਭਾਵੇਂ ਉਹਦੀ ਗੱਡੀ ਖੋਸੇ ਧੀਰ ਲੱਗੀ ਹੈ ਤੇ ਭਾਵੇਂ ਲੱਗੀ ਹੈ ਬਲਖੰਡੀ, ਇਹ ਸਾਰੀਆਂ ਟੀਮਾਂ ਨੋਟ ਕਰ ਲੈਣ। ਕੋਈ ਵੀ ਟੀਮ ਦਾ ਇੰਤਜ਼ਾਰ ਨਹੀਂ ਹੋਣਾ, ਇਹ ਨੋਟ ਕਰਨ ਸਾਰੀਆਂ ਟੀਮਾਂ ਤਿਆਰ। ਕੱਲਾਂ ਦੀ ਜਿਹੜੀ ਟੀਮ ਆ ਗਰਾਊਂਡ ਦੇ ਵਿੱਚ ਜਲਦੀ ਨਾਲ ਪੁੱਜ ਜਾਵੇ, ਇੱਕ ਮਿੰਟ ਤੋਂ ਬਾਅਦ ਰੈਫਰੀ ਗਰਾਊਂਡ ਦੇ ਵਿੱਚ ਪੁੱਜਣ ਜੀ, ਟਾਈਮ ਲਾ ਲਓ ਬਸ। ਕੱਲਾਂ ਦੀ ਟੀਮ ਫੂਲੇ ਵਾਲੀ ਆ, ਇੱਕ ਮਿੰਟ ਲਾ ਲਾ, ਜੇ ਪੂਰੀ ਟੀਮ ਆਉਂਦੀ ਹੈ ਝੰਡਿਆਣੇ ਦੀ ਤੇ ਇਹ ਪੁੱਜ ਚੁੱਕੀ ਹੈ ਤੇ ਕੱਟ ਦਿਓ ਜੀ ਟੀਮ। ਕਮੇਟੀ ਦਾ ਅੱਗੇ ਤੇ ਵੀ ਫੁੱਲ ਹਦਾਇਤ ਹੈ, ਉਹਨਾਂ ਨੇ ਪਾਵਰਾਂ ਦੇ ਦਿੱਤੀਆਂ ਹੈ ਇਹ ਪੂਰੇ ਗਰਾਊਂਡ ਦੀਆਂ। ਕਿਰਪਾ ਕਰਕੇ ਕੋਈ ਵੀ ਜਿਹੜੀ ਟੀਮ ਲੇਟ ਨਾ ਹੋਵੇ, ਜਿਹੜੀ ਟੀਮ ਇੱਕ ਵਾਰੀ ਕੱਟੀ ਗਈ ਉਹ ਦੂਹਰੀ ਵਾਰ ਟੀਮ ਅਸੀਂ ਮੈਚ ਨਹੀਂ ਖਿਡਾਉਣਾ, ਭਾਵੇਂ ਉਹਨਾਂ ਦੀ ਵਿਰੋਧੀ ਟੀਮ ਆ ਜਾਵੇ। ਨੋਟ ਕਰੋ ਜੀ, ਕੱਲਾਂ ਦੀ ਟੀਮ ਦੇ ਪੂਰੇ ਖਿਡਾਰੀ ਇੱਕ ਮਿੰਟ ਵਾਲਾ ਫੁੱਲੇ ਵਾਲੀ ਹੈ, ਜੇ ਟਾਈਮ ਇੱਕ ਮਿੰਟ ਦੇ ਵਿੱਚ ਆਉਂਦੇ ਆ ਨਹੀਂ ਵਾਕ ਓਵਰ ਝੰਡਿਆਂ ਦੀ ਟੀਮ ਨੂੰ ਦੇ ਦਿਓ। ਮੇਹਰ ਸਿੰਘ ਵਾਲਾ ਦੇ ਜਨੇਦਪੁਰਾ ਜਲਦੀ ਨਾ ਪੁੱਜਣ ਜੀ, ਮੇਹਰ ਸਿੰਘ ਵਾਲਾ ਦੇ ਜਨੇਦਪੁਰਾ ਜੀ। ਮੇਹਰ ਸਿੰਘ ਵਾਲਾ ਦੇ ਜਨੇਦਪੁਰੇ ਦੀ ਟੀਮ ਇਧਰਲੇ ਬੰਨੇ ਭੋਡੀਪੁਰੀ ਆ, ਨੌਜਵਾਨ ਹੈਂਡੀਕੈਪਟ ਹੈ, ਪਰਮਾਤਮਾ ਦੀ ਗਰੋਪੀ ਦਾ ਸ਼ਿਕਾਰ, ਇਸ ਵੀਰ ਦਾ ਵੀ ਤੁਸੀਂ ਮਾਣ ਸਨਮਾਨ ਕਰਨਾ ਹੈ ਕਿ ਮੰਗਣ ਨਾਲੋਂ ਮਿਹਨਤ ਚੰਗੀ, ਮਿਹਨਤ ਵਿੱਚ ਤੰਦਰੁਸਤੀ ਤੇ ਮੰਗਣ ਨਾਲੋਂ ਮਰਿਆ ਚੰਗਾ, ਨਾ ਆਸਨਾ ਸੁਸਤੀ, ਇਸ ਤਾਨੇ ਮੁੱਕ ਜਾਣਾ ਭਾਵੇਂ ਰੋਜ਼ ਮਾਲ ਛੱਕ। ਤੁਹਾਨੂੰ ਖੇਡਣ ਦੇ ਪੈਸੇ ਮਿਲਦੇ ਆ, ਸਾਨੂੰ ਬੋਲਣ ਦੇ ਪੈਸੇ ਮਿਲਦੇ ਨੇ। ਬਾਗਿਆ ਨੌਜਵਾਨ ਗੱਭਰੂ ਨੇ ਪਾਈ ਹੈ, ਢੱਲ ਪਿੰਡ ਲਛਮਣ ਦਾ ਪਿੰਡ ਹੈ, ਪਿਛੇ ਤਾਰ ਦੇ ਸਵੀਰ ਦਾ ਧੰਨਵਾਦ ਹੈ ਖੋਸੇ ਪਾਣੂ ਦੀ ਗਰਾਊਂਡ ਤੇ, ਔਰ ਜਿਹਨਾਂ ਦੇ ਜਿੱਤੇ ਪੂਰੇ ਵਰਲਡ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਵਿਖਾਇਆ ਜਾ ਰਿਹਾ ਹੈ। ਓਵਰ ਟੂ ਦਾ ਮੈਕਸ ਸਟੇਜ ਜੀ। ਬਾਈ ਜੀ, ਇਹ ਬਾਈ ਕਮੈਂਟਰੀ ਵਾਲਿਆਂ ਨੂੰ ਸਾਡੀ ਕਮੇਟੀ ਵੱਲੋਂ ਬੇਨਤੀ ਹੈ ਕਿ ਟੀਮਾਂ ਹੁਣ ਆਪ ਹੀ ਬੁਲਾਈ ਜਾਈ, ਟੀਮਾਂ ਆਪ ਹੀ ਬੁਲਾਈ ਗਈ, ਅਸੀਂ ਇਹਨਾਂ ਨੂੰ ਡਿਸਟਰਬ ਨਹੀਂ ਕਰਦੇ, ਪਰ ਗਰਾਊਂਡ ਨਹੀਂ ਖਾਲੀ ਹੋਣਾ ਚਾਹੀਦਾ। ਬਹੁਤ ਮਿਹਰਬਾਨੀ ਹੈ ਜੀ, ਥੋੜੀਆਂ ਪਾਵਰਾਂ ਵੀ ਮਿਲੀਆਂ ਹੈ, ਚੱਲਦੇ ਮੈਚ ਦੀ ਜਿਹੜੀ ਟੀਮ ਹੁਣ ਦੇਖਦਾ ਵੀ ਗੁੱਝੇ ਹੋਏ ਤਾਂ ਮੈਚ ਕੌਣ ਜਿੱਤ ਗਿਆ ਜੀ, ਦੱਸੋ ਵੀਰ ਜੀ। ਜਨੇਦਪੁਰੇ ਦੀ ਟੀਮ ਵੀਰ ਜੀ ਜੇਤੂ ਰਹੀ ਹੈ, ਜਿਵੇਂ 16 ਤਰੀਕ ਹੁਣ ਜਗਰਾਉਣ ਵਾਲੀਆਂ ਨੇ ਨੌਜਵਾਨ, ਪਰ ਕਹਿੰਦੇ ਵੀ ਉਹਨਾਂ ਨੂੰ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਆ। ਜੋਧ ਭਿੰਡਰ 5 ਖਿਡਾਰੀ ਕੱਪ ਦੇ ਸਨਮਾਨ ਦਿੱਤੇ ਜਾਣਗੇ, ਨਾਲ ਹੀ ਸਾਡਾ ਵੀਰ ਸੋਨੀ ਜੀ ਵਿਛੇ ਤਾਰ ਦੇ ਯੂਐਸ ਦੀ ਧਰਤੀ ਤੋਂ ਪੁੱਜੇ ਹੋਏ ਨੇ। ਉਧਰਲੇ ਬੰਨੇ ਕਬੱਡੀ ਨਾਲ ਜੁੜੀਏ, ਆਹ ਨੌਜਵਾਨ ਕਹਿੰਦੇ ਵੀ ਥੱਬੇ ਥੱਬੇ ਦੇ ਪੱਟਾਂ ਵਾਲਾ ਸ਼ੂਸ਼ਕ ਪਿੰਡ ਦਾ ਕੋਨੀ ਹੈ, ਜੋਰ ਵਿੱਚ ਬਹੁਤ ਤਕੜਾ ਹੈ, ਖੇਡ ਮੈਦਾਨ ਜੋਰ ਵਿੱਚ ਤਕੜਾ, ਤਕਨੀਕ ਪੱਖੋਂ ਘੱਟ ਹੈ, ਖੇਡ ਮੈਦਾਨਾਂ ਵਿੱਚ ਜਾਂਦਾ ਜੀ ਔਰ ਡੱਟ ਹੈ, ਪਾਉਂਦਾ ਜਦੋਂ ਕਬੱਡੀ ਫਿਰ ਜਾਫੀ ਨੂੰ ਕਹਿੰਦਾ ਹੱਟ ਪਿੱਛੇ ਹੱਟ ਹੈ, ਬਹੁਤ ਹੀ ਤਕੜਾ ਖਿਡਾਰੀ ਹੈ। ਦੂਸਰੇ ਬੰਨੇ ਖੋਸੇ ਕੋਟਲੇ ਪਿੰਡ ਵਾਲਾ ਕਹਿੰਦੇ ਵੀ 6 ਕਬੱਡੀ ਪਾ ਰਿਹਾ, ਇੱਕ ਬੰਨੇ ਗਰਮੀਆਂ ਦੇ ਸੀਜ਼ਨ ਦਾ ਮਹਾਨ ਜਾਫੀ ਡਿਕਲੇਅਰ ਕੀਤਾ ਗਿਆ ਸ਼ੂਸ਼ਕ ਦਾ ਬਾਬਾ ਨਾਲ ਬਲਕਰਨ, ਨਾਲ ਲੱਖੀ ਜਿਹੜੇ 4 ਜਾਫੀ ਨੇ, ਸੁੱਖੇ ਦਾ ਪਿੰਡ ਹੈ ਦੁਨੀਆਂ ਵਿੱਚ ਮਸ਼ਹੂਰ ਕੀਤਾ ਕੁਲਵਿੰਦਰ ਗਿਆਨੀ ਨੇ, ਤਾਂ ਉਹਦੀ ਜਿਹੜੀ ਕਬੱਡੀ ਹੈ ਨੌਜਵਾਨ ਸ਼ੇਰੇ ਦੀ। ਤੇ ਦੂਸਰੇ ਬੰਨੇ ਪੰਗਾ ਕਿਸ ਨੌਜਵਾਨ ਨਾਲ ਹੈ,
ਸ਼ੁਸ਼ਕ ਦੀ ਧਰਤੀ ਦਾ ਬਲਕਰਨ ਉਖੜ ਦੇ ਪੈਰ ਉੱਡੀ ਮਾਂ ਮਿੱਟੀ ਦੀ ਧੂੜ ਹੈ ਔਰ ਧੂੜ ਅੰਬਰਾਂ ਨੂੰ ਚੜੂ ਪੈਣੇ ਧਰਤੀ ਨੂੰ ਤੱਗੇ ਲਾਓ ਉਹ ਕਹਿੰਦ ਵੀ ਜਾਫੀ ਜਾਫਾ ਜੀ ਦੇ ਹੱਥ ਹੋਣੇ ਪੱਕੇ ਅੱਜ ਖੇਡ ਮੈਦਾਨ ਵਿੱਚ ਧਾਨਾ ਸ਼ਹੀਦ ਪਿੰਡ ਦੀ ਧਰਤੀ ਦਾ ਗੱਭਰੂ ਕਬੱਡੀ ਪਾਉਂਦਾ ਹੋਇਆ ਨਾਲ ਹੀ ਇਸ ਤੋਂ ਅਗਲੇ ਮੈਚ ਜਿਹੜੇ ਬਲੂਰ ਵਰਸੇ ਰਾਜਿਆਣੇ ਦੇ ਹੈ ਔਰ ਉਧਰਲੇ ਬੰਨੇ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਨੀ ਸੀਟ ਉੱਤੇ ਬਹਿ ਜਾ ਬੱਲੀਏ ਨਵਾਂ ਲੈ ਲਿਆ ਟਰੱਕ ਛਿੰਦੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ ਛਿੰਦਾ ਗਗੜੇ ਵਾਲਾ ਮਸ਼ਹੂਰ ਹੈ ਇਹ ਕਹਿੰਦੇ ਵੀ ਖੋਸੇ ਧੀਰ ਪਿੰਡ ਵਾਲਾ ਬੰਨੀ ਦਾ ਪਿੰਡ ਹੈ ਔਰ ਸਾਹਮਣੇ ਦਿਖਦੇ ਹੈ ਵੀ ਜਾਫਾ ਨੀ ਲਾ ਸਕਿਆ ਅਗਲੀ ਜਿਹੜੀ ਕਬੱਡੀ ਹੈ ਨੌਜਵਾਨ ਗੱਭਰੂ ਅਮਨਦੀਪ ਸੰਧੂ ਦੀ ਪੈਂਦੀ ਹੋਈ ਖੇਡ ਮੈਦਾਨ ਵਿੱਚ ਧੰਨਵਾਦ ਕਰੀਏ ਉਧਰਲੇ ਬੰਨੇ ਸੁਖਵਿੰਦਰ ਸਿੰਘ ਦੀ ਸੋਨੀ ਯੂਐਸਏ ਜਿਹਨਾਂ ਵੱਲੋਂ ਕਹਿੰਦੇ ਵੀ ਜਾਗਾ ਰੱਸੀ ਕੱਸੀ ਦਾ ਕੋਚ ਹੈ ਉਸ ਵੀਰ ਦੇ ਬਹੁਤ ਵੱਡੇ ਮਾਨ ਸਨਮਾਨ ਹੋਣਗੇ ਨਾਲ ਹੀ ਸਾਡੀ ਸਮੁੱਚੀ ਟੂਰਨਾਮੈਂਟ ਕਮੇਟੀ ਵੱਲੋਂ ਮੇਰਾ ਵੀਰ ਬਿੱਲਾ ਉਸ ਵੀਰ ਦੇ ਬਹੁਤ ਵੱਡੇ ਮਾਨ ਹੋਣਗੇ ਨਾਲ ਹੀ ਸਾਡੇ ਗੁਰਦੇਵ ਸਿੰਘ ਜੀ ਦੇਵ ਏਸ਼ੀਆ ਗੋਲਡ ਮੈਡਲ ਨੇ ਉਹਨਾਂ ਦੇ ਵੀ ਬਹੁਤ ਵੱਡੇ ਮਾਨ ਹੋਣਗੇ ਆ ਵੀ ਨਜ਼ਰ ਨਾ ਸ਼ੁਸ਼ਕ ਦੀ ਧਰਤੀ ਨੌਜਵਾਨ ਗੱਭਰੂ ਪੱਟਾਂ ਤੇ ਥਾਪੀਆਂ ਮਾਰਦਾ ਹੈ ਨਾਲ ਹੀ ਭਲੂਰ ਤੇ ਸਾਦਾ ਰਾਜਿਆਂ ਦੀ ਟੀਮ ਨੂੰ ਹੈ ਬਾਬਾ ਗੁਰਦਿਆਲ ਸਿੰਘ ਜੀ ਬਿੱਲੂ ਉਹਨਾਂ ਦਾ ਪਿੰਡ ਹੈ ਨਾਲ ਹੀ ਮੇਜਰ ਭਲੂਰ ਦਾ ਪਿੰਡ ਹੈ ਖੇਡ ਮੈਦਾਨ ਵਿੱਚ ਛਿੰਦਾ ਨੌਜਵਾਨ ਫਿਰ ਡੱਗਣ ਦੀ ਕੋਸ਼ਿਸ਼ ਕਰਦਾ ਹੈ ਕਹਿੰਦੇ ਵੀ ਜੋਰ ਬੇਸ਼ਰਮ ਹੈ ਆਪਣੀ ਕਹਾਣੀ ਆਪ ਰਚਾਉਂਦਾ ਹੈ ਤੇ ਪੁਆਇੰਟ ਜਿਹੜਾ ਸ਼ੁਸ਼ਕ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਰਮ ਮੇਰਾ ਵੀ ਸਟੇਜ ਤੇ ਪੁੱਜਾਵੇ ਔਰ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਦੀ ਜਲਦੀ ਨਾਲ ਲਾ ਲੱਖੀ ਕਹਿੰਦੇ ਨੌਜਵਾਨ ਗੱਭਰੂ ਨੂੰ ਉਧਰਲੇ ਬੰਨੇ ਕਹਿੰਦੇ ਵੀ ਖੁੱਚ ਪੱਟੀ ਹੈ ਨਾਲ ਹੀ ਕਹਿੰਦੇ ਕਮਾਲ ਦਾ ਜਿਹੜਾ ਜੱਫਾ ਲੱਗਾ ਹੋਇਆ ਖੇਡ ਮੈਦਾਨ ਵਿੱਚ ਫੂਲੇ ਵਾਲੀ ਆ ਦੇਖਦੇ ਵੀ ਫੂਲੇ ਵਾਲੀ ਨਹਿਰ ਦਾ ਕਿਨਾਰਾ ਹੋਵੇ ਫੂਲੇ ਵਾਲਾ ਪਿੰਡ ਗੀਤਕਾਰੀ ਵਿੱਚ ਬੜਾ ਮਸ਼ਹੂਰ ਕੀਤਾ ਨੌਜਵਾਨ ਗੱਭਰੂ ਅਗਲੀ ਜਿਹੜੀ ਕਬੱਡੀ ਹੈ ਧਾਨਾ ਸ਼ਹੀਦ ਦੇ ਪਿੰਡ ਦੀ ਪੈਂਦੀ ਹੋਈ 31 ਅਗਸਤ ਨੂੰ ਲੋਕੀ ਡੀਕਦੇ ਨੇ ਜਦੋਂ ਧਾਨਾ ਸ਼ਹੀਦ ਦੀ ਧਰਤੀ ਤੇ ਕਬੱਡੀ ਦਾ ਬਹੁਤ ਤਕੜਾ ਕੱਪ ਹੁੰਦਾ ਹੈ ਲਾ ਉਧਰਲੇ ਬੰਨੇ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਛਿੰਦੇ ਆ ਤਿਆਰੀ ਫੜ ਨਾਲ ਕਹਿੰਦੇ ਵੀ ਗਿਆਨੀ ਫਿੱਡੂ ਹੈ ਤੇ ਦੂਸਰੇ ਬੰਨੇ ਨੌਜਵਾਨ ਗੱਭਰੂ ਕਹਾਂਗੇ ਵੀ ਬਲਜੀਤ ਸਿੰਘ ਬੀਤੇ ਦਾ ਪਿੰਡ ਹੈ ਜਿਹੜਾ ਪੰਜਾਬ ਦੇ ਕਬੱਡੀ ਕੱਪਾਂ ਦਾ 2009 ਦੇ ਪੂਰੇ ਕਹਿੰਦੇ ਵੀ ਸੀਜ਼ਨ ਦਾ ਉੱਤਮ ਧਾਵੀ ਡਿਕਲੇਅਰ ਕੀਤਾ ਗਿਆ ਨੈਣੋ ਕਹਿੰਦੇ ਵੀ ਕਾਰ ਜਿੱਤੀ ਆ ਬੰਦੋਵਾਲ ਦੇ ਕਬੱਡੀ ਕੱਪ ਦੇ ਉੱਪਰ ਉਸ ਪਿੰਡ ਦਾ ਗੱਭਰੂ ਹੈ ਤਾੜੀਆਂ ਵੱਜ ਚੁੱਕੀਆਂ ਕਾਲੀ ਜੀ ਹੁਟਰ ਉਹਨਾਂ ਮਾਰੋ ਜਿੰਨੀ ਜ਼ਰੂਰਤ ਹੈ ਬਹੁਤ ਮਿਹਰਬਾਨੀ ਆ ਜੀ ਆ ਵੀ ਨਾ ਪਾ ਕਬੱਡੀ ਬਹੁਤ ਹੀ ਤਕੜਾ ਜਾਫਾ ਲਾਇਆ ਨੌਜਵਾਨ ਗੱਭਰੂ ਨੇ ਖੇਡ ਮੈਦਾਨ ਵਿੱਚ ਕੱਲੇ ਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਕਿ ਕਾਣ ਜਾਊ ਭਾਜੀ ਯਾਰ ਕਾਣ ਜਾਊ ਫੜਿਆ ਕਿਹੜਾ ਉਹ ਜਾਫੀ ਜਿਹੜਾ ਜਾਫਾ ਲਾ ਕੇ ਮੈਦਾਨ ਵਿੱਚ ਗੱਜੂਗਾ ਕਿਹੜਾ ਉਹ ਖਿਡਾਰੀ ਜਿਹੜਾ ਸਾਰਿਆਂ ਨੂੰ ਫੱਬੂਗਾ ਇੱਕ ਬੰਨੇ ਬਹੁਤ ਹੀ ਤਗੜੀ ਖੇਡ ਹੈ ਵਾ ਉਹ ਨੌਜਵਾਨਾਂ ਗੱਭਰੂਆ ਕਹਿੰਦੇ ਵੀ ਬਲਕਰਨ ਹੈ ਨੌਜਵਾਨ ਸ਼ੁਸ਼ਕ ਦੀ ਧਰਤੀ ਦਾ ਬਾਬੇ ਦਾ ਪਿੰਡ ਹੈ ਕੋਹਨੀ ਦਾ ਪਿੰਡ ਹੈ ਕਹਿੰਦੇ ਵੀ ਗੁੱਟ ਫੜ ਜੇ ਇੱਕ ਵਾਰੀ ਕੈਂਚੀ ਜੜ ਹੋ ਜਾਵੇ ਫਿਰ ਦਰਸ਼ਕ ਆਖਦੇ ਨੇ ਧਾਵੀ ਫੜ ਹੋ ਜਾਵੇ ਲਓ ਫੜਿਆ ਗਿਆ ਗੱਭਰੂ ਤੇ ਬਹੁਤ ਹੀ ਤਕੜਾ ਪੁਆਇੰਟ ਜਿਹੜਾ ਸ਼ੁਸ਼ਕ ਦੀ ਟੀਮ ਦਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਬਿੱਟੂ ਭਾਗਪੁਰੀਆ ਮਾਨ ਕਰਦਾ ਹੈ ਫਤਿਹਗੜ੍ਹੀ ਆ ਕਾਕਾ ਨਾਲ ਕਹਿੰਦੇ ਵੀ ਗਗੜੇ ਦਾ ਜਸ ਉਸ ਟੀਮ ਦਾ ਖਿਡਾਰੀ ਆ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਦੇ ਵਿੱਚ ਬਹੁਤ ਸੋਹਣੇ ਧਾਵੇ ਬੋਲਦਾ ਹੈ ਉਧਰਲੇ ਬੰਨੇ ਚੰਦਪੁਰਨ ਦੀ ਧਰਤੀ ਤੇ ਪਹਿਲਾ ਨੰਬਰ ਪ੍ਰਾਪਤ ਕੀਤਾ ਹੈ ਔਰ ਦੂਸਰੇ ਬੰਨੇ ਫੇਰ ਜਿਹੜਾ ਕਹਿੰਦੇ ਵੀ ਬਹੁਤ ਤਕੜਾ ਜਫਾ ਲੱਗਦਾ ਹੋਇਆ ਨਹੀਂ ਰੀਸਾ ਨੌਜਵਾਨਾਂ ਪਾਈ ਹੋਈ ਪੁੱਠੀ ਹੈ ਇੱਕ ਬੰਨੇ ਸ਼ੁਸ਼ਕ ਦਾ ਉਧਰਲੇ ਬੰਨੇ ਕੋਹਨੀ ਹੈ ਵਾਹ ਨੌਜਵਾਨਾਂ ਫੇਰ ਕਹਿੰਦੇ ਵੀ ਜ਼ੋਰ ਬਲਵਾਨ ਹੋਇਆ ਤੇ ਪੁਆਇੰਟ ਨੌਜਵਾਨ ਗੱਭਰੂ ਕੋਹਨੀ ਸ਼ੁਸ਼ਕ ਦੇ ਹਿੱਸੇ ਜੁੜਦਾ ਹੋਇਆ ਕੱਲ ਵੀ ਨੌਜਵਾਨਾਂ ਸਮੇਂ ਦੀ ਜਿਹੜੀ ਰਫਤਾਰ ਤੇਜ਼ੀ ਨਾਲ ਦੌੜ ਰਹੀ ਹੈ 10:30 ਤੇ 11 ਪੁਆਇੰਟਾਂ ਦੀ ਸੂਚੀ ਹੈ ਦਰਸ਼ਕ ਵੀਰ ਵੀ ਤੋੜ ਤੇ ਅੰਦਾਜ਼ੇ ਲਾ ਰਹੇ ਨੇ ਆ ਸ਼ੁਸ਼ਕ ਪਿੰਡ ਦੀ ਧਰਤੀ ਦਾ ਬਾਬਾ ਬਹੁਤ ਹੀ ਸੋਹਣਾ ਜਫਾ ਲਾਉਂਦਾ ਹੋਇਆ ਬਾਬਾ ਮਾਰਨਾ ਦਾਬਾ ਨਹੀਂ ਤਾਂ ਹੋਜੂ ਖੂਨ ਖਰਾਬਾ ਬਾਬਾ ਗੇਰ ਗੱਡੀ ਦਾ ਅੜ ਗਿਆ ਧੱਕਾ ਲਾਉਂਦੀ ਨੂੰ ਸਾਹ ਚੜ ਗਿਆ ਔਰ ਪੁਆਇੰਟ ਜਿਹੜਾ ਇਹ ਨੌਜਵਾਨ ਸ਼ੁਸ਼ਕ ਦੇ ਬਾਬੇ ਦਾ ਹੈ ਫਰੈਂਡ ਕਬੱਡੀ ਕਲੱਬ ਬੰਦੋ ਹੀਰਾ ਸਿੰਘ ਦੀ ਟੀਮ ਲਈ ਖੇਡਦਾ ਹਰਜੀਤ ਕਬੱਡੀ ਕਲੱਬ ਚੱਲ ਵੀ ਨਾ ਅਗਲੀ ਕਬੱਡੀ ਕਿੰਦੇ ਦੀ ਹੈ ਇੱਕ ਬਿਹਾਰੀ ਪੁਰੀਆ ਕੈਨੇਡਾ ਦਾ ਪੱਕਾ ਵਸਨੀਕ ਹੈ ਇੱਕ ਇਹ ਨੌਜਵਾਨ ਹੈ ਇੱਕ ਕਿੰਦਾ ਕੁਕਰਾਲੀ ਦਾ ਲਾਓ ਦੇਖਦੇ ਵੀ ਛਿੰਦੇ ਨਾਲ ਪੰਗਾ ਪਾਇਆ ਹੋਇਆ ਗੱਭਰੂ ਦਾ ਖੇਡ ਮੈਦਾਨ ਵਿੱਚ ਨੌਜਵਾਨ ਭਰ ਲੱਗ ਉਡੀ ਮਾਂ ਮਿੱਟੀ ਦੀ ਧੂੜ ਦੇ ਪਾੜ ਫੂਲੇ ਵਾਲੀਆ ਕਹਿੰਦਾ ਹੈ ਵੀ ਸ਼ੁਸ਼ਕ ਦੀ ਟੀਮ ਦੇ ਹਿੱਸੇ ਜਾ ਜੁੜੇ ਹੈ ਤੇ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਕਲੀ ਲੈਣਾ ਦੇ ਉੱਪਰ ਪਾ ਦਿੱਤੀ ਜਾਵੇ ਸਾਰੇ ਸਾਡੇ NRI ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ
ਉਧਰਲੇ ਬੰਨੇ ਮੇਰਾ ਬਲਵੰਤ ਵੀ ਵਿਸ਼ੇ ਤੌਰ ਤੇ ਪੁੱਜਿਆ ਹੋਇਆ ਸਾਡੀ ਜ਼ਿੰਦਗੀ ਦਾ ਸਤਿਕਾਰ ਜੋ ਵੀਰ ਚੱਲ ਵੀ ਨਾ ਹੋਣਾ ਹੈਲੋ ਨਿਰਮਲ ਸਿੰਘ ਜੀ ਕਲੇਰ ਸਾਹਿਬ ਪੁੱਜੇ ਹੋਏ ਨੇ ਔਰ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਸਾਡੇ ਖੋਸੇ ਗੋਟਲੇ ਵਾਲੇ ਪ੍ਰਧਾਨ ਜੀ ਨੇ ਸਰਦਾਰ ਨਿਰਮਲ ਸਿੰਘ ਜੀ ਕਲੇਰ ਸਾਹਿਬ ਜੀ ਆਇਆ ਜੀ ਬਾਈ ਜੀ ਕਰਮ ਬਾਈ ਜੀ ਆ ਕੋਈ ਮਸਾਲਾ ਫੈਕਟਰੀ ਵਾਲਾ ਹੁਣ ਉਹ ਜੱਸਾ ਬੁਲਾਉਂਦਾ ਸਟੇਜ ਦੇ ਪਿੱਛੇ ਜੱਸਾ ਕੜਿਆਲਾ ਬੁਲਾਉਂਦਾ ਉਹਨੂੰ ਸਟੇਜ ਦੇ ਪਿੱਛੇ ਲਓ ਜੀ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਪਲੂਰ ਪੁੱਜ ਗਿਆ ਰਾਜੇ ਹਣਾ ਉਹ ਵੀ ਨੌਜਵਾਨ ਖਿਡਾਰੀ ਜਲਦੀ ਨਾਲ ਖੇਡ ਮੈਦਾਨ ਵਿੱਚ ਐਂਟਰ ਕਰ ਜਾ ਚੱਲ ਵੀ ਨਾ ਜਾਣ ਦੋ ਖਿਡਾਰੀ ਉਧਰਲੇ ਬੰਨੇ ਧਾਰੇ ਬੋਲਦੇ ਨੇ ਖਿਡੂਆ ਤਿਆਰੀ ਫੜਨ ਆ ਜਾਣ ਇੱਕ ਕਹਿੰਦੇ ਵੀ ਬਲਵਿੰਦਰ ਫਿੱਡਾ ਜੀ ਨੂੰ ਪੂਰੀ ਦੁਨੀਆ ਜਾਣਦੀ ਹੈ ਆ ਵੀ ਗਿਆਨੂ ਨੂੰ ਕਹਿੰਦੇ ਵੀ ਫਿੱਡੂ ਕਹਿੰਦੇ ਆ ਖੇਡ ਮੈਦਾਨ ਵਿੱਚ ਨੌਜਵਾਨ ਇੱਕੋ ਜਿਹੇ ਸਰੀਰ ਇੱਕੋ ਜਿਹੀਆਂ ਤਾਕਤਾਂ ਪਰ ਤਕਨੀਕਾਂ ਵੱਖੋ ਵੱਖਰੀਆਂ ਨੌਜਵਾਨ ਗੱਭਰੂ ਡੱਡਿਆ ਪਿਆ ਖੇਡ ਮੈਦਾਨ ਵਿੱਚ ਮਾਤ ਨੂੰ ਮਸਾਲਾ ਕਰਨ ਵਾਲੀ ਕਾਮ ਆੜੀਆਂ ਮਾਰ ਦੋ ਇੱਕ ਵਾਰੀ ਵਾਹ ਨੌਜਵਾਨਾਂ ਕਮਾਲ ਹੋਈ ਪਈ ਹੈ ਸਾਂਝਾ ਬੱਬੂ ਸਾਂਝਾ ਸਿੰਘਾਂ ਦੇ ਹੱਥ ਬੜੇ ਭਾਰੀ ਹੈ